ਐਜਾ ਨਕੰਮਾ ਮੁੱਖ ਮੰਤਰੀ ਅੱਜ ਤੱਕ ਹਿੰਦੁਸਤਾਨ ਚ ਨਹੀਂ ਬਣਿਆ ਜਿਹੜਾ ਨਕੰਮਾ ਕਰ ਗਿਆ। ਜੈ ਜੀਆਂ ਕਰਤੂਤਾਂ ਹੁਣ ਕੈਪਟਨ ਦੀਆਂ, ਪੱਕਾ ਕਾਂਗਰਸ ਦਾ ਸੰਸਕਾਰ ਕਰਕੇ ਜਾਊਗਾ। ਡੀਐਸਪੀ ਦੇ ਥਾਣੇ ਦਾ ਰੋਜ਼ ਪੁੱਛਦੇ ਆ, ਮੈਨੂੰ ਦੱਸੋ ਜੀ ਅੱਜ ਕੰਮ ਕੀ ਕਰਨਾ ਹੈ। ਇਸ ਜਸਦਾਰ ਦੇ ਝੂਠਾ ਪਰਚਾ ਦੇ ਦਿਓ, ਮਿੰਟ ਚ ਦੇ ਦਿੰਦੇ ਆ। ਇਹਦੇ ਤੇ ਕੀ ਪਾ ਦਿਓ, ਇਹਦੇ ਤੇ ਚਿੱਟਾ ਪਾ ਦਿਓ, ਇਹਦੇ ਤੇ ਰੇਪ ਦਾ ਪਰਚਾ ਕਰ ਦਿਓ। ਮੈਂ ਐਸਐਸਪੀ ਸਾਹਿਬ ਨੂੰ ਯਾਦ ਕਰਾਉਣਾ ਚਾਹੁੰਦਾ, ਦੇਖੋ ਜੇ ਤੁਹਾਡੇ ਪਰਿਵਾਰ ਤੇ ਪਰਚਾ ਝੂਠਾ ਪੈ ਜੇ, ਕੀ ਬੀਤੂਗੀ ਤੁਹਾਡੇ ਪਰਿਵਾਰ ਨੂੰ। ਦੇਖੋ ਕਹਿੰਦੇ ਖਜ਼ਾਨਾ ਖਾਲੀ ਆ, ਖਜ਼ਾਨਾ ਖਾਲੀ ਨਹੀਂ, ਖਜ਼ਾਨਾ ਲੁੱਟੀ ਜਾਂਦੀ ਹੈ, ਲੁੱਟੀ ਜਾਂਦੀ ਹੈ। ਟੋਪੀ ਵਾਲਾ ਤਾਂ ਖੇੜਾ ਛੱਡ ਗਿਆ ਕਿ ਨਹੀਂ, ਪੱਕਾ ਹੀ ਕੋਈ ਪਿੰਡ ਚ ਹੈਗੇ ਕੋਈ ਯਾਰ, ਉਹਨਾਂ ਦਾ ਵੀ ਸੰਸਕਾਰ ਕਰ ਲਓ। ਸ਼੍ਰੋਮਣੀ ਅਕਾਲੀ ਦਲ ਦੇ ਬਹਾਦਰ ਸੂਰਮਿਓ, ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਇੱਥੇ ਕਿਉਂ ਬੈਠੇ, ਉਹ ਜ਼ਾਲਿਮ ਰਾਜੇ ਦੇ ਰਾਜ ਕਰਕੇ। ਪੰਜਾਬ ਚ ਕੋਈ ਰਾਜ ਹੈ, ਸਰਕਾਰ ਨਾਂ ਦੀ ਕੋਈ ਚੀਜ਼ ਹੈ ਨਾ, ਕੋਈ ਕੰਮ, ਕੱਲਾ ਇੱਕ ਕੰਮ ਤੱਕਾ। ਅੱਜ ਮੈਂ ਹੈਰਾਨ ਹਾਂ, ਐਜਾ ਨਕੰਮਾ ਮੁੱਖ ਮੰਤਰੀ ਅੱਜ ਤੱਕ ਹਿੰਦੁਸਤਾਨ ਚ ਨਹੀਂ ਬਣਿਆ ਜਿਹਾ ਨਕੰਮਾ ਕੈਪਟਨ ਹੈ, ਨਿਖਿਧ ਨਲਾਇਕ। ਜਿਹੜੇ ਕਾਂਗਰਸ ਦੇ ਹੁਣ MLA ਹੈ ਉਹ ਤਾਂ ਸਮਝੀ ਬੈਠੇ ਹੈ ਕਿ ਸਾਡੀ ਤਾਂ ਹੁਣ ਕੰਮ ਖਤਮ ਹੈ, ਹੁਣ ਇੱਕ ਕੰਮ ਕਰ ਲਓ, ਲੁੱਟਣ ਲੱਗ ਜਾਓ। ਇੰਨਾ ਵੱਡਾ ਲੁੱਟ ਮੈਂ ਅੱਜ ਤੱਕ ਨਹੀਂ ਦੇਖੇ, ਇੰਨੀ ਵੱਡੀ ਲੁੱਟ ਜਿੰਨੀ ਹੁਣ ਕਰ ਰਿਹਾ। ਉਹਨਾਂ ਦੇ ਮਨ ਚ ਇੱਕ ਗੱਲ ਆ ਗਈ ਹੈ ਕਿ ਕੈਪਟਨ 2002 ਤੋਂ 2007 ਅਸੀਂ ਬਣਾਇਆ, 10 ਸਾਲ ਰਾਜ ਨਹੀਂ ਆਇਆ। ਜੈ ਜੀਆਂ ਕਰਤੂਤਾਂ ਹੁਣ ਕੈਪਟਨ ਦੀਆਂ, ਪੱਕਾ ਕਾਂਗਰਸ ਦਾ ਸੰਸਕਾਰ ਕਰਕੇ ਜਾਊਗਾ। ਦੇਖੋ ਜ਼ਿੰਮੇਵਾਰੀ ਬਣਦੀ ਹੈ ਜਦੋਂ ਮੁੱਖ ਮੰਤਰੀ ਬਣਦਾ ਹੈ, ਕਿੰਨਾ ਵੱਡਾ ਮਾਣ ਦਿੱਤਾ ਪੰਜਾਬ ਦੀ ਜਨਤਾ ਨੇ ਕੈਪਟਨ ਨੂੰ, 77 ਸੀਟਾਂ ਤੋਂ ਵੱਧ ਦਿੱਤੀਆਂ। ਲੋਕਾਂ ਨੂੰ ਉਮੀਦ ਸੀ ਕੋਈ ਵੀ ਸਰਕਾਰ ਬਣਦੀ ਹੈ ਇੱਕ ਉਮੀਦ ਨਾਲ ਬਣਦੀ ਹੈ। ਪਰ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ, ਆਪਾਂ ਵੋਟਾਂ ਪਾਉਣ ਤੋਂ ਪਹਿਲੇ ਸੋਚਦੇ ਨਹੀਂ ਹੈ, ਰਿਸ਼ਤਾ ਕਰਦੇ ਹਾਂ, ਪਿਛੋਕੜ ਦੇਖਦੇ ਹਾਂ ਪਰਿਵਾਰ ਦਾ, ਮੱਝ ਲੈਣ ਜਾਂਦੇ ਹਾਂ ਉਹਦਾ ਪਿਛੋਕੜ ਦੇਖਦੇ ਹਾਂ ਕਿ ਉਹਦੀ ਮਾਂ ਕਿੰਨੀ ਦੁੱਧ ਦਿੰਦੀ ਸੀ, ਉਹਦਾ ਘੋੜੀ ਲੈਣ ਤੋਂ ਪਹਿਲੇ ਵੀ ਦੇਖਦੇ ਹਾਂ, ਵੋਟਾਂ ਪੈਣ ਤੋਂ ਵੀ ਦੇਖ ਲਿਆ ਕਰੀਏ। 2002 ਤੇ 2007 ਨੇੜੇ ਹੀ, ਆਪਾਂ ਜ਼ਿਆਦਾ ਦੂਰ ਨਹੀਂ। 2002 ਤੋਂ 2007 ਕੈਪਟਨ ਮੁੱਖ ਮੰਤਰੀ ਸੀ, ਤੁਸੀਂ ਜਾਣਦੇ ਹੋ ਡੱਕਾ ਨਹੀਂ ਤੋੜਿਆ ਉਹਨੂੰ, ਤੇ ਹੁਣ ਤਾਂ ਤੁਹਾਡੇ ਸਾਹਮਣੇ ਹੈ। ਇੱਥੇ ਜਿਹੜੇ ਇਹਨਾਂ ਦੇ MLA ਹੈ ਆ ਸੋਚਦੇ ਆ ਕਿ ਅਸੀਂ ਮੁੱਖ ਮੰਤਰੀ ਹਾਂ, ਕਿਉਂਕਿ ਮੁੱਖ ਮੰਤਰੀ ਤਾਂ ਮਿਲਣਾ ਨਹੀਂ। ਮੈਂ ਕਈ SSPਾਂ ਤੇ DCਾਂ ਨਾਲ ਗੱਲ ਹੋਈ ਹੈ, ਮੈਂ ਉਹਨਾਂ ਨੂੰ ਪੁੱਛਦਾ ਰਹਿੰਦਾ, ਕਿਉਂਕਿ ਜਿੰਨੇ ਧੱਕੇ ਹੁੰਦੇ ਆ ਮੈਂ ਉਹਨਾਂ ਨੂੰ ਟੈਲੀਫੋਨ ਕਰਦਾ, ਮੈਂ ਪੁੱਛਿਆ ਕਿੰਨੀ ਵਾਰ ਤੁਹਾਡੀ ਮੁੱਖ ਮੰਤਰੀ ਨਾਲ ਗੱਲ ਹੁੰਦੀ ਹੈ। ਤੁਸੀਂ ਹੈਰਾਨ ਰਹਿ ਜਾਓਗੇ, ਬਾਦਲ ਸਾਹਿਬ ਜਦੋਂ ਮੁੱਖ ਮੰਤਰੀ ਹੁੰਦੇ ਸਵੇਰੇ 5 ਵਜੇ ਅਖਬਾਰ ਆ ਜਾਂਦੇ ਸੀ, 5 ਵਜੇ ਅਖਬਾਰ ਪੜ੍ਹਨਾ ਸ਼ੁਰੂ ਕਰ ਲੈਂਦੇ ਸੀ, ਨਾਲ ਕਾਗਜ਼ ਪੈਨਸਲ ਹੁੰਦਾ ਸੀ ਵੀ ਇਹ
ਜਿਹੜੇ ਜਿਹੜੇ ਜ਼ਿਲ੍ਹੇ ਵਿੱਚ ਕੋਈ ਸਮੱਸਿਆ ਆ ਜਾਂਦੀ, ਕੋਈ ਧੱਕਾ ਹੋਇਆ ਜਾਂ ਕੋਈ ਧਰਨਾ ਹੋਇਆ ਜਾਂ ਕੋਈ ਪੁਲਿਸ ਕੋਈ ਚੋਰੀ ਹੋਈ ਜਾਂ ਕੋਈ ਡਰੱਗ ਸਮਗਲਰ ਫੜਿਆ ਗਿਆ, ਨਾਲ ਦੇ ਨਾਲ ਉਸੇ ਟਾਈਮ ਤੇ ਐਸਐਸਪੀ ਤੋਂ ਡੀਸੀ ਨੂੰ ਜਗਾ ਲੈਂਦੇ ਸੀ। ਉਸੇ ਟਾਈਮ ਸਾਰੇ ਐਸਐਸਪੀ ਡੀਸੀ ਰਾਤ ਨੂੰ ਪੈਨ ਤੇ ਪੈਨਸਲ ਨਾਲ ਆਪਣੇ ਮੰਜੇ ਤੇ ਰੱਖਦੇ ਸੀ। ਉਹਨੂੰ ਪਤਾ ਸੀ ਬਾਦਲ ਸਾਹਿਬ ਦਾ ਫੋਨ ਆਇਆ ਹੀ ਆਇਆ। ਇੱਥੇ 6-6 ਮਹੀਨੇ ਹੋ ਗਏ। ਮੈਂ ਪੁੱਛਿਆ ਡੀਸੀ ਨੂੰ ਅਖੀਰਲੀ ਵਾਰ ਤੁਸੀਂ ਕਦੋਂ ਗੱਲ ਕੀਤੀ ਮੁੱਖ ਮੰਤਰੀ ਨੇ, ਕਹਿੰਦੇ 6-6 ਮਹੀਨੇ ਟੱਪ ਜਾਂਦੇ ਆ, ਟੈਲੀਫੋਨ ਹੀ ਨਹੀਂ ਆਉਂਦਾ। ਮੈਂ ਕਹਿੰਦਾ ਅਮਰਿੰਦਰ ਸਿੰਘ ਨੂੰ ਪਤਾ ਨਹੀਂ ਹੋਣਾ ਕਿ ਮੋਗੇ ਦਾ ਐਸਐਸਪੀ ਕਿਹੜਾ ਤੇ ਡੀਸੀ ਕਿਹੜਾ। ਮੈਂ ਤੁਹਾਨੂੰ ਅੱਜ ਦੱਸ ਤੇ ਇਹਦਾ ਫਾਇਦਾ ਲੈ ਰਹੇ ਐਮਐਲਏ। ਐਮਐਲਏ ਨੇ ਮੁੱਖ ਮੰਤਰੀ ਨੂੰ ਹੰਡਰਾ ਲਿਆ। ਤੁਸੀਂ ਦੇਖੋ ਰੋਜ਼ ਡਰਾ ਕੇ ਹੁਣ ਹੰਡਰਾ ਲਿਆ। ਉਹਨਾਂ ਨੂੰ ਕਹਿ ਕੇ ਅਸੀਂ ਆਪਣੇ ਹਲਕੇ ਚ ਅਸੀਂ ਆਪਣਾ ਕੰਮ ਚਲਾਉਣਾ। ਹੁਣ ਐਸਐਸਪੀ ਐਸਐਸਪੀ ਨਹੀਂ ਜ਼ਿਲ੍ਹੇ ਦਾ, ਹੁਣ ਜ਼ਿਲ੍ਹੇ ਦਾ ਐਸਐਸਪੀ ਇਹਨਾਂ ਕਾਂਗਰਸ ਦਾ ਐਮਐਲਏ ਹੈ। ਥਾਣੇਦਾਰ ਤਾਂ ਡੀਐਸਪੀ ਆਪਣੇ ਲਵਾ ਲਏ। ਜੋ ਧੱਕਾ ਕਹਿੰਦੇ ਆ ਡੀਐਸਪੀ ਤੇ ਥਾਣੇਦਾਰ, ਰੋਜ਼ ਪੁੱਛਦੇ ਆ ਐਮਐਲਏ ਨੂੰ ਦੱਸੋ ਜੀ ਅੱਜ ਕੰਮ ਕੀ ਕਰਨਾ ਹੈ। ਐਸ ਤਹਿਸੀਲਦਾਰ ਦੇ ਝੂਠਾ ਪਰਚਾ ਦੇ ਦਿਓ, ਮਿੰਟ ਚ ਦੇ ਦਿੰਦੇ ਆ। ਇਹਦੇ ਤੇ ਫਿਰ ਭੁੱਕੀ ਪਾ ਦਿਓ, ਇਹਦੇ ਤੇ ਚਿੱਟਾ ਪਾ ਦਿਓ, ਇਹਦੇ ਤੇ ਰੇਪ ਦਾ ਪਰਚਾ ਕਰ ਦਿਓ। 85-85 ਸਾਲ ਦੀ ਬਜ਼ੁਰਗ ਅਕਾਲੀ ਪਰਿਵਾਰਾਂ ਦੀ ਬੀਬੀਆਂ ਮਾਈਆਂ ਦੇ ਉੱਤੇ ਪਰਚੇ ਦੇ ਦਿੱਤੇ ਇਹਨਾਂ ਨੇ। ਦੇਖੋ ਪਾਣੀ ਸਿਰ ਤੋਂ ਉੱਤੋਂ ਟੱਪ ਗਿਆ। ਮੈਂ ਤੁਹਾਨੂੰ ਅੱਜ ਇੱਕ ਗੱਲ ਕਹਿਣਾ ਚਾਹੁੰਦਾ, ਜਿੰਨੇ ਆਪਣੇ ਐਮਐਲਏ ਸਾਹਿਬ ਬੈਠੇ ਆ ਸਾਰੇ ਹਲਕਾ ਇੰਚਾਰਜ, ਮੈਨੂੰ ਇੱਕ ਹਫਤੇ ਦੇ ਅੰਦਰ ਅੰਦਰ ਲਿਸਟ ਬਣਾ ਕੇ ਦਿਓ ਕਿਹੜੇ ਅਫਸਰ ਨੇ ਝੂਠੇ ਕੇਸ ਬਣਾਇਆ, ਕਿਹੜੇ ਅਫਸਰ ਨੇ ਇੱਕ। ਮੈਂ ਤੁਹਾਨੂੰ ਵਾਅਦਾ ਕਰਕੇ ਜਾਣਾ, ਪ੍ਰਮਾਤਮਾ ਮਿਹਰ ਕਰੇ, ਸਰਕਾਰ ਤੁਹਾਡੀ ਬਣ ਜੇ, ਤੁਹਾਡੇ ਆਸ਼ੀਰਵਾਦ ਸਿਰ ਤੇ ਰਹੇ। ਸਭ ਤੋਂ ਪਹਿਲਾਂ ਕੰਮ ਕਰਨਾ, ਪਹਿਲੇ ਦਿਨ ਕੰਮ ਕਰਨਾ ਐਸਆਈਟੀ ਬਣਾ ਕੇ, ਜਿੱਥੇ ਜਿੱਥੇ ਝੂਠੇ ਕੇਸ ਕੀਤੇ ਆ ਸਭ ਤੋਂ ਪਹਿਲੇ ਉਹ ਅਫਸਰਾਂ ਨੂੰ ਅੰਦਰ ਉਸੇ ਥਾਣੇ ਚ ਕਰਨਾ ਹੈ, ਤੇ ਕੋਈ ਸਸਪੈਂਡ ਨਹੀਂ ਕਰਨਾ, ਨੌਕਰੀ ਤੋਂ ਡਿਸਮਿਸ ਕਰਨਾ। ਐਸਐਸਪੀ ਸਾਹਿਬ ਤੁਹਾਡੀ ਨਿਗਰਾਨੀ ਥੱਲੇ ਸਾਰਾ ਕੁਝ ਹੋ ਰਿਹਾ, ਤੁਹਾਡੀ ਜ਼ਿੰਮੇਵਾਰੀ ਹੈ ਇਨਸਾਫ ਦੇਣੀ। ਜੇ ਤੁਹਾਡੇ ਥੱਲੇ ਥਾਣੇਦਾਰ ਡੀਐਸਪੀ ਐਸਪੀ ਝੂਠੇ ਪਰਚੇ ਦੇ ਰਹੇ, ਤੁਹਾਡੀ ਜ਼ਿੰਮੇਵਾਰੀ ਹੈ। ਆ ਜਿਹੜਾ ਝੂਠੇ ਪਰਚੇ ਦੇਣ ਦਾ ਸਿਲਸਿਲਾ ਬੰਦ ਹੋਣਾ ਚਾਹੀਦਾ ਹੈ। ਮੈਂ ਐਸਐਸਪੀ ਸਾਹਿਬ ਨੂੰ ਯਾਦ ਕਰਾਉਣਾ ਚਾਹੁੰਦਾ, ਦੇਖੋ ਜੇ ਤੁਹਾਡੇ ਪਰਿਵਾਰ ਦੇ ਪਰਚਾ ਝੂਠਾ ਪੈ ਜੇ ਕੀ ਬੀਤੂਗੀ ਤੁਹਾਡੇ ਪਰਿਵਾਰ ਨੂੰ, ਉਹੀ ਬੀਤ ਰਹੀ ਹੈ ਸਾਡੇ ਵਰਕਰਾਂ ਦੇ ਪਰਿਵਾਰਾਂ ਨੂੰ, ਘਰੋਂ ਨਿਕਲੇ ਬੈਠੇ ਹੈ। ਅੱਜ ਅੱਜ ਤਾਕਤ ਇੰਨੇ ਥੋੜੇ ਸਨੇਹ ਤੇ ਹੈ, ਦੇਖੋ ਕਿੰਨੇ ਹਜ਼ਾਰਾਂ ਲੋਕ ਇੱਥੇ ਇਕੱਠੇ ਹੋਏ ਆ। ਕਿਉਂ ਇਕੱਠੇ ਹੋਏ ਆ? ਕਿਉਂਕਿ ਜ਼ੁਲਮ ਹੁਣ ਸਿਰ ਤੋਂ ਉੱਤੋਂ ਦੀ ਟੱਪ ਗਿਆ। ਅੱਜ ਹੋ ਕੀ ਰਿਹਾ? ਦੇਖੋ ਕਹਿੰਦੇ ਖਜ਼ਾਨਾ ਖਾਲੀ ਆ, ਖਜ਼ਾਨਾ ਖਾਲੀ ਨਹੀਂ, ਖਜ਼ਾਨਾ ਲੁੱਟੀ ਜਾਂਦੇ ਆ, ਲੁੱਟੀ ਜਾਂਦੇ ਆ। ਦੇਖੋ ਤੁਸੀਂ ਸਾਰੇ ਗਵਾਹ ਹੋ, ਇੱਥੇ ਹਰਿਆਣੇ ਦੀ ਸ਼ਰਾਬ ਆਉਂਦੀ ਹੈ ਕਿ ਨਹੀਂ ਆਉਂਦੀ? ਆਉਂਦੀ ਹੈ ਨਾ? ਆ ਸਾਰੇ ਐਮਐਲਏ ਮੰਗਾ ਰਹੇ, ਸਾਰੇ ਐਮਐਲਏ, ਆ ਜਿੰਨੇ ਵੀ ਦੁਕਾਨਾਂ ਵਾਲੇ ਆ ਜਿਨ੍ਹਾਂ ਨੇ ਠੇਕੇ ਲਿੱਤੇ ਕਰੋੜਾਂ ਰੁਪਈਏ, ਸਾਰੇ ਰੋਈ ਜਾਂਦੇ ਆ, ਸਾਰੇ ਰੋਈ ਜਾਂਦੇ ਆ। 1000 ਕਰੋੜ ਰੁਪਏ ਦੀ ਠੱਗੀ ਮਾਰ ਰਹੇ ਕਾਂਗਰਸ ਦੇ ਐਮਐਲਏ, 1000 ਕਰੋੜ ਰੁਪਇਆ। ਆ ਕੈਪਟਨ ਨੇ ਪਹਿਲੇ ਵੀ ਉਹੀ ਕੀਤਾ ਸੀ, ਯਾਦ ਕਰੋ ਜੋ 2002 ਚ ਕੈਪਟਨ ਮੁੱਖ ਮੰਤਰੀ ਬਣਿਆ, ਸ਼ਰਾਬ ਤੋਂ 1430 ਕਰੋੜ ਰੁਪਏ ਆਉਂਦਾ ਸੀ। 2007 ਚ ਕੈਪਟਨ ਹਟਿਆ, ਉਸ ਸਾਲ ਕੱਲਾ 1400 ਹੀ ਆਉਂਦਾ ਸੀ। ਉਦੋਂ ਯਾਦ ਕਰੋ ਪੌਂਟੀ ਚੱਡੇ ਨੂੰ ਸਾਰਾ ਪੰਜਾਬ ਸੰਭਾਲਿਆ ਸੀ, ਤੇ ਹੁਣ ਅਸੀਂ ਜਦੋਂ ਆਏ 2007 1400 ਤੋਂ ਵਧਾ ਕੇ ਅਸੀਂ 5000 ਕਰੋੜ ਰੁਪਏ ਸਾਲ ਦਾ ਲਿਆਂਦਾ। ਤਾਂਹੀਓ ਤੁਸੀਂ ਦੇਖੋ ਕਿਵੇਂ ਸੜਕਾਂ ਬਣੀਆਂ, ਕਿਵੇਂ ਗ੍ਰਾਂਟਾਂ ਆਈਆਂ। ਤੇ ਹੁਣ ਤੁਸੀਂ ਹੈਰਾਨ ਨਹੀਂ ਦੋਗੇ,
تین سال پہلے 5,000 کروڑ دے چھڑ کے گئے سی، اے سال 4,000 کروڑ ہو گیا، دیکھو ہر سال ودا سی ایتھے کٹ گیا، کیونکہ کروڑا روپیے انہوں نے ملے نے جڑے سمگلر ہے جڑے ایتھے بیچ دیا، انہوں نے لاکا ونڈتا، تو ایتھے لاکے چ تو ونڈ شراب، تو ایس لاکے چ ونڈ، تو ایس لاکے چ لیا رہے نے دی پولیس والے نال سدھی گل ہے، سارے نال رلے پئے ہیں اوویں، اور ریتا دیکھ لو مطلب پٹتا، مطلب سارا علاقہ ہی پٹتا انہوں نے، تھوڑے دا خاص کر کے علاقے دا جیرا، تھوڑے ادھر دھرم کوٹ، اور سارے علاقے، اچھا ہوں آپ کہ چٹے دی گل کرتے سی، چٹا کتنا ودیا دسو جی، ودھ گیا نا، کیوں ودیا؟ انہوں نے روکن دی کوشش نہیں کی تھی، ہوں دسا وڈی کی گل ہے، کانگریسی ایم ایل اے نا جڑے سمگلر ہیں چٹے دے جڑے کردے ہیں، انہاں تو مہینہ بن لے، انہاں نے انہاں نو پروٹیکشن دے دی، پولیس دی پروٹیکشن، کی تسی کھلا کام چلائی جو پولیس والا نہیں تھوڑا چھیڑ دا، یار سرکار ہے جڑے اپنے بچیاں دے پرواہ نہیں کردی، لٹن تے لگ گئی ہے، پھر روز گئی انہیں خزانہ خالی خزانہ خالی، یا 10 سال تھوڑا راج رہا بادل صاحب مکھ منتری گیا، ایک دن بھی کیا سی خزانہ خالی ہے، تسی 50 کروڑ منگتے سی، اسی 100 کروڑ دندے سی، تسی سارے موگے والے بیٹھے ہو، ایس موگے ضلع تسی کوئی سکول دیکھ لو، کوئی گریڈ دیکھ لو، کوئی سٹیڈیم دیکھ لو، کوئی پنڈ دی سڑک دیکھ لو، کوئی دھرم شالا دیکھ لو، ادو ہی بنی ہے جدو بادل صاحب مکھ منتری ہے، بنی ہے کہ نہیں، ایک بھی نشانی کانگریس دی نہیں، ایک بھی نشانی کانگریس دی، اسی جو کیا بادل صاحب نے جو کیا کیتا، جی اسی کیا بجلی ہم ہم کر دیں گے کرتی، جی اسی آج سڑکاں دے جال بچھا دیں گے بچھا دیتے، اسی نہیں کیا خزانہ خالی، پاویں 40,000 کروڑ روپئے دی لوڑ پئی لاتا، تے میرا ہن من بنیا پرماتما میر کن سرکار بن جائے، میرا ایک نشانہ ہے کہ جڑی اپنے پنجاب دے پنڈ ہے 12,000 11,000 11,500 پنڈ ہے، جویں شہراں وچ سیوریج تے سیمنٹ دیاں گلیاں تے پینے والے پانی دا پروان ہے، اوویں 12,000 پنڈ اج میں اگلے 5 سالاں وچ پورا کر کے دوں گا، مطلب کرے کوئی اوکھا کام نہیں، کوئی اوکھا کام نہیں، تقریباً 30-35,000 کروڑ روپیہ لگنا، مطلب 6-6,500 کروڑ روپیہ سال دا لگنا ہے، کوئی اوکھا کام نہیں، کیرا کوڑ جمع ہی کر دینا جی، ہر پنڈ تے شہر دے وچ کوئی فرق نہیں رہوگا، اے جا پربندھ کر دینا، جنی بھی شہراں وچ منڈیاں تسی ڈویلپمنٹ آ دیکھو، جنی شہر چ موگے شہر چ مکھن رہیا میں رہیا، تو دسو کنے پیسے بھیجے تھوں، کٹ کٹ 200 کروڑ روپیہ میرے ویر نو، زیادہ بھی دتا ہونا ہے، اینا تا مینوں اودوں زیادہ بھول بھی گئے ہن، کنے کہ روز ہی جدوں بھی آندے جلدار جی آندے سانوں جی آ چا واسطے چاہیے، ایدے واسطے چاہیے، اس کر کے میں آئی بینتی کرنا چاہنا، اپنے چ وڈی کمی ہے، آپا پچھان دے نہیں، اپنے کہڑے اپرائے کہے یا شروف نہیں، کالی دل تھوڑی پارٹی ہے، قوم دی پارٹی ہے، پنجاب دی پارٹی ہے، تے میں تنوں اینا دس دا جو درد شروف نہیں کالی دل دے لیڈر دے ورکر دے وچ پنجاب پرتی ہے، کسی پارٹی دا نہیں ہے، کسی پارٹی دا نہیں ہے، اسی مرنا جیونا تھوڑے کھاتے ہیں، مرنا جیونا تھوڑے کھاتے ہیں، لڑائی لڑنی تھوڑے کھاتے ہیں، کیڑی پارٹی دے ورکر تے لیڈر 16-16 سال جیل کٹے، مینوں ایک پارٹی دا نام دے دیو، کسے لیڈر دا نام لے لیو، کوئی جیل کسے نے کٹی تائیوں شرومنی کالی دل نوں شہیداں دی جتھے بندی کہندے ہیں، ہور کسے پارٹی نوں شہیداں دی جتھے بندی نہیں کہندے، اپنے اگلے سال 100 سال پورے ہو جانے ہیں، ایتھے بہت بزرگ بیٹھے ہیں، میں انہیں بینتی کرنا ہے ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਦੇ ਉੱਤੇ ਇੱਕ ਅਸੀਂ ਕਿਤਾਬ ਛਾਪ ਬਣਾ ਰਹੇ ਹਾਂ ਤੇ ਸ਼੍ਰੋਮਣੀ ਅਕਾਲੀ ਦਲ ਦੇ 100 ਸਾਲ ਦੀ ਕਿਤਾਬ ਬਣਾ ਰਹੇ ਹਾਂ, ਜੇ ਤੁਹਾਡੇ ਕੋਲੇ ਕੋਈ ਪੁਰਾਣੀ ਫੋਟੋ ਹੋਏ ਆਪਣੀਆਂ ਪੁਰਾਣੀਆਂ ਬਜ਼ੁਰਗਾਂ ਦੀਆਂ ਉਹ ਫੋਟੋਆਂ ਤੁਸੀਂ
ਜਜ਼ਦਾ ਜੀ ਨੂੰ, ਜਜ਼ਦਾ ਤੋਦਾ ਸਿੰਘ ਜੀ ਜਾਂ ਤੀਰਥ ਮਾਲੇ ਜੀ ਨੂੰ ਤੁਸੀਂ ਜਿੰਨੀ ਛੇਤੀ ਉਹ ਦੱਸ ਭੇਜ ਦਿਓ, ਉਹਦੇ ਥੱਲੇ ਉਸ ਫੋਟੋ 'ਚ ਕੌਣ ਕੌਣ ਬੈਠੇ ਆ ਉਹ ਵੀ ਲਿਖ ਦਿਓ, ਅਸੀਂ ਕਿਤਾਬ ਛਾਪ ਕੇ ਜਿਹੜੀ ਕਿਤਾਬ ਆਪਣਾ ਇਤਿਹਾਸ ਬਣੂਗਾ ਤੇ ਉਹ ਫੋਟੋ ਅਸੀਂ ਆਪਣੇ ਪਾਰਟੀ ਦਫ਼ਤਰ 'ਚ ਵੀ ਲਾਵਾਂਗੇ ਤੇ ਨਾਲੇ ਉਸ ਫੋਟੋ ਕਿਤਾਬ 'ਚ ਵੀ ਜਾਵਾਂਗੇ, ਨਾਲੇ ਪਿਕਚਰ ਨਾਲੇ ਉਹਦੇ 'ਚ ਵੀ ਦਿਖਾਵਾਂਗੇ, ਕਿਉਂਕਿ ਜਿਹਾ ਇਤਿਹਾਸ ਆਪਣਾ ਹੈ, ਕਿਸੇ ਹੋਰ ਪਾਰਟੀ ਦਾ ਐਜਾ ਇਤਿਹਾਸ ਨਹੀਂ। ਕੋਸ਼ਿਸ਼ਾਂ ਬੜੀਆਂ ਚੱਲਦੀਆਂ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ, ਜਿੰਨੀਆਂ ਮਰਜ਼ੀਆਂ ਕੋਸ਼ਿਸ਼ ਕਰ ਲੈਣ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਕਮਜ਼ੋਰ ਨਹੀਂ ਕਰ ਸਕਦਾ। ਮੈਨੂੰ ਇੱਕ ਪ੍ਰੈਸ ਵਾਲੇ ਨੇ ਮੇਰੇ ਪਿਤਾ ਬਾਦਲ ਸਾਹਿਬ ਤੋਂ ਸਵਾਲ ਪੁੱਛਿਆ, ਕਹਿੰਦੇ ਜੀ ਟਕਸਾਲੀ ਦਾ ਮਤਲਬ ਕੀ ਹੈ? ਬਾਦਲ ਸਾਹਿਬ ਕਹਿੰਦੇ ਟਕਸਾਲੀ ਉਹ ਜਿਹੜਾ ਪਾਰਟੀ ਦਾ ਵਫਾਦਾਰ, ਜਿਹੜਾ ਪਾਰਟੀ ਦੇ ਪਿੱਠ ਤੇ ਛੁਰਾ ਮਾਰਦਾ ਉਹ ਟਕਸਾਲੀ ਨਹੀਂ ਕਿਹਾ ਜਾਂਦਾ। ਟਕਸਾਲੀ ਉਹਦੇ ਉਹ ਜਿਹਨੂੰ ਮਿਲੇ ਨਾ ਮਿਲੇ ਆਪਣੀ ਪਾਰਟੀ ਵਾਸਤੇ ਕੁਰਬਾਨੀ ਦੇਣ ਨੂੰ ਤਿਆਰ। ਟਕਸਾਲੀ ਉਹ ਨਹੀਂ ਜਿਹੜਾ ਇਕੱਲਾ ਲੈਂਦਾ ਰਹੇ, ਜਦੋਂ ਦੇਣ ਦਾ ਵੇਲਾ ਆਏ ਉਦੋਂ ਪਿੱਠ ਤੇ ਛੁਰਾ ਮਾਰੇ। ਆ ਸਾਰੀਆਂ ਸਾਜ਼ਿਸ਼ਾਂ ਕਾਂਗਰਸ ਦੀਆਂ, ਉਹ ਸੋਚਦੀ ਹੈ ਕਿ ਹੁਣ ਤਾਂ ਸਾਡਾ ਕੰਮ ਗਿਆ, ਦੇਖੋ ਕਿਵੇਂ ਇਕੱਠ ਹੋ ਰਹੇ ਹੈ ਲੋਕਾਂ ਦੇ, ਕਿਵੇਂ ਗੁੱਸਾ ਹੈ, ਕਿਵੇਂ ਜਜ਼ਬਾ ਕਾਂਗਰਸ ਦੇ ਖਿਲਾਫ, ਅਸੀਂ ਤੋੜਨ ਦੀ ਕੋਸ਼ਿਸ਼ ਕਰੀਏ ਕਿਵੇਂ ਨਾ ਕਿਵੇਂ। ਪਰ ਪੰਜਾਬ ਦੀ ਜਨਤਾ ਜਾਣਦੀ। ਇੱਕ ਮੋਗੇ ਵਾਲਾ ਤੁਹਾਨੂੰ ਬੇਨਤੀ ਇੱਕ ਜ਼ਰੂਰ ਕਰਾਂਗੇ ਯਾਰ, ਉਹ ਟੋਪੀ ਵਾਲਾ ਤੋਂ ਖੇੜਾ ਛੱਟ ਗਿਆ ਕਿ ਨਹੀਂ? ਹੈਂ ਪੱਕਾ ਹੀ ਕੋਈ ਪਿੰਡ 'ਚ ਹੈਗੇ ਕੋਈ ਯਾਰ, ਉਹਨਾਂ ਦਾ ਵੀ ਸੰਸਕਾਰ ਕਰ ਦਿਓ। ਮੈਂ ਸਭ ਤੋਂ ਨਕਲੀ ਬੰਦੇ ਉਹ ਹੈ, ਮੈਂ ਕਹਿੰਦਾ ਬਚ ਗਏ ਤੁਸੀਂ ਆਪਾਂ, ਜੇ ਬਾਈ ਚਾਂਸ ਨਾਲ ਦਾ ਲੱਗ ਜਾਂਦਾ ਨਾ ਗਿਆ ਸੀ ਕੰਮ, ਫਿਰ ਤਾਂ ਕੰਮ ਜਮਾਈ। ਦੇਖੋ 5 ਸਾਲ ਤੁਸੀਂ ਜ਼ਿੰਦਗੀ ਦੇ ਖਰਾਬ ਕਰ ਲਏ 5 ਸਾਲ, ਜੇ ਅੱਜ ਬਾਦਲ ਸਾਹਿਬ ਫਿੱਟ ਹੁੰਦੇ ਮੁੱਖ ਮੰਤਰੀ ਅੱਜ ਕਿੱਥੇ ਨਾ ਕਿਤੇ ਆਪਾਂ ਹੁੰਦੇ, ਕਿਤੇ ਨਾ ਕਿਤੇ ਹੁੰਦੇ। ਲੋਕੀ ਝੂਠ ਬੋਲ ਦਿੰਦੇ ਆ, ਡਰਾਮਾ ਕਰਨਗੇ, ਜਦੋਂ ਸੂਹਾਂ ਖਾ ਲੈਣਗੇ ਗੁਟਕਾ ਸਾਹਿਬ ਇਹ ਜਿਹੀਆਂ ਗੱਲਾਂ ਕਰਨਗੇ, ਆਪਾਂ ਗੱਲਾਂ 'ਚ ਆ ਜਾਂਦੇ ਹਾਂ। ਜਿਵੇਂ ਮੈਂ ਕਿਹਾ ਪਿਛੋਕੜ ਦੇਖੀਏ, ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਨੇ ਜ਼ਿੰਦਗੀ ਜੋ ਕਿਹਾ ਕੀਤਾ ਜੀ, ਅਸੀਂ ਕਿਹਾ ਤੁਹਾਨੂੰ ਤੁਹਾਡੇ ਟਿਊਬਲਾਂ ਦੇ ਬਿੱਲ ਮਾਫ਼ ਕਰਾਂਗੇ ਪਹਿਲੇ ਦਿਨ ਕੀਤੇ, ਜੇ ਆਟਾ ਦਾਲ ਦੀ ਸਕੀਮ ਚਲਾਵਾਂਗੇ ਪਹਿਲੇ ਦਿਨ ਕੀਤੀ, ਐ ਨਹੀਂ ਹੈ ਕਿ 2-3 ਸਾਲ ਤੱਕ ਜਾਣਾ ਥੋੜਾ ਥੋੜਾ ਕਰਕੇ, ਅਸੀਂ ਜੋ ਕਿਹਾ। ਤੇ ਜਿੰਨੀਆਂ ਵੀ ਸਹੂਲਤਾਂ ਗਰੀਬਾਂ ਨੂੰ ਕਿਸਾਨਾਂ ਨੂੰ ਨੌਜਵਾਨਾਂ ਨੂੰ ਮਿਲੀਆਂ ਸਾਰੀਆਂ ਹੀ ਬਾਦਲ ਸਾਹਿਬ ਨੇ ਦਿੱਤੀਆਂ, ਇੱਕ ਵੀ ਨਿਸ਼ਾਨੀ ਕਾਂਗਰਸ ਦੀ ਨਹੀਂ ਹੈ। ਇਸ ਕਰਕੇ ਜਿਵੇਂ ਜਥੇਦਾਰ ਜੀ ਨੇ ਜ਼ਿਕਰ ਕੀਤਾ ਮੋਗੇ ਦਾ, ਮੈਂ ਆਪਣੀ ਸਿਆਸੀ ਜੀਵਨ ਇੱਥੋਂ ਸ਼ੁਰੂ ਕੀਤਾ ਜਦੋਂ 75ਵੀਂ ਵਰ੍ਹੇ ਗੰਢ ਸੀ ਸ਼੍ਰੋਮਣੀ ਅਕਾਲੀ ਦਲ ਦਾ। ਪਹਿਲੀ ਵਾਰ ਮੈਂ ਸਟੇਜ ਤੇ ਚੜਿਆ, ਮੈਨੂੰ ਜਥੇਦਾਰ ਜੀ ਯਾਦ ਹੈ, ਜਥੇਦਾਰ ਜੀ ਸਟੇਜ ਸੈਕਟਰੀ ਸੀ, ਮੈਂ ਤਾਂ ਉਦੋਂ ਮੈਨੂੰ ਬੋਲਣਾ ਵੀ ਨਹੀਂ ਆਉਂਦਾ ਸੀ, ਮੈਨੂੰ ਮੇਰਾ ਨਾਂ ਲੈ ਲਿੱਤਾ, ਮੇਰੀ ਤਾਂ ਲੱਤਾਂ ਕੰਮਣ ਲੱਗ ਗਈਆਂ। ਦੇਖੋ ਐਡੇ ਵੱਡੇ ਘਰ ਦੇ ਸਾਹਮਣੇ ਜੇ ਤੁਸੀਂ ਜ਼ਿੰਦਗੀ 'ਚ ਬੋਲੇ ਨਾ ਹੋਣ, ਉਦੋਂ ਮੈਨੂੰ ਯਾਦ ਹੈ ਜਥੇਦਾਰ ਜੀ ਨੇ ਮੇਰੀ ਗੱਡੀ ਸਟਾਰਟ ਕੀਤੀ। ਪਰ ਮੈਂ ਇੰਨਾ ਕਹਿਣਾ ਚਾਹੁੰਦਾ ਮੋਗੇ ਵਾਲਿਓ, ਮੇਰੇ ਵੀਰ ਜਗਮੀਤ ਜੀ ਬੈਠੇ ਆ, ਅਸੀਂ ਇਲੈਕਸ਼ਨ ਲੜਦੇ ਰਹੇ ਮੋਗਾ ਤੇ ਬਾਘਾ ਪ੍ਰਾਣਾ ਨੇ, ਭਾਵੇਂ ਜਿੰਨੇ ਵੀ ਇਲੈਕਸ਼ਨ ਲੜੇ ਇੱਥੇ ਮੈਂ ਕਿਤੇ ਨਹੀਂ ਹਾਰਿਆ। ਤੇ ਬਾਘਾ ਪ੍ਰਾਣਾ ਮੈਂ ਇੱਕ ਇਹੋ ਜਿਹਾ ਹਲਕਾ ਹੈ ਜਿੱਥੋਂ ਮੈਂ ਤੁਹਾਨੂੰ ਦੱਸਾਂ ਲੰਬੀ ਹਲਕੇ ਤੋਂ ਮੈਥੋਂ ਘੱਟ ਜਾਂਦੀਆਂ ਸੀ, ਬਾਘਾ ਪ੍ਰਾਣਾ ਖਿੱਚ ਕੇ ਰੱਖਦਾ ਸੀ ਕੰਮ। ਅੱਛਾ ਮੋਗੇ ਦੀ ਵੀ ਮੈਂ ਦੇਖਿਆ, ਮੋਗੇ ਦੇ ਵਿੱਚ ਆ ਜਿਹੜੇ ਪਿੰਡ ਪਰਲੇ ਪਾਸੇ ਵਾਲੇ ਮੋਗੇ ਦੇ ਹੁੰਦੇ ਸੀ ਮਿਲਣ ਦਾ, ਉਹ ਜਿਹੜੇ ਸਾਰੇ ਆਪਣੇ ਮਹਿਣੇ ਵਾਲੇ ਪਿੰਡ, ਬੜਾ ਝਾੜ ਸੀ ਉੱਥੋਂ, ਮੈਂ ਦੇਖਿਆ ਉਹ ਝਾੜ, ਥੋੜੀ ਮੋਟੀ ਸ਼ਹਿਰ ਦੀ ਕਮੀ ਆਉਂਦੀ ਹੈ, ਛੱਲ ਤਕੜੀ ਵੱਜਦੀ ਹੁੰਦੀ ਸੀ ਉੱਥੇ ਕਿਲੇ, ਤੇ ਮੈਨੂੰ ਲੱਗਦਾ ਹੁਣ ਤਾਂ ਛੱਲ ਪੂਰੇ ਪੰਜਾਬ 'ਚ ਵੱਜੂਗੀ। ਮੈਂ ਤੁਹਾਨੂੰ ਵੱਜਦਾ ਸਰ, ਮੈਨੂੰ ਤਾਂ ਡਰ ਹੈ ਵੋਟਾਂ ਇੰਨੀਆਂ ਪਾ ਦੇਣੇ 117 ਤੋਂ 118 ਨਾ ਨਿਕਲੇ ਆਉਣ ਸੀਟਾਂ। ਪਰ ਮੈਂ ਤੈਨੂੰ ਇਹਨੂੰ ਮੋਗੇ ਲੈ ਦੱਸਦਾ, ਪਰਮਾਤਮਾ ਮਿਹਰ ਕਰੇ ਮੌਕਾ ਦੇ ਦਿਓ, ਨਜ਼ਾਰਾ ਲਿਆ ਦਾਂਗੇ ਇਸ ਜ਼ਿਲ੍ਹੇ ਦੇ ਵਿੱਚ, ਤੁਹਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ। ਜਸਦਾਰ ਜੀ ਮੈਂ ਤੁਹਾਨੂੰ ਵਚਨ ਕਰਦਾ, ਇਸ ਧਰਤੀ ਨੇ ਮੈਨੂੰ ਜੋ ਅੱਜ ਮੈਂ ਪਹੁੰਚਿਆ, ਜੋ ਮੈਨੂੰ ਮਾਣ ਦਿੱਤਾ, ਜੋ ਮੈਂ ਪਹੁੰਚਿਆ, ਜੋ ਅੱਜ ਮੈਂ ਹੈਗਾ ਇਸ ਮੋਗੇ ਦੀ ਧਰਤੀ, ਤੁਸੀਂ ਚਿੰਤਾ ਹੀ ਕਰਦੇ ਹੋ
ਤੁਸੀਂ ਤਾਂ ਘੱਟ ਮੰਗ ਰਹੇ ਹੋ, ਹਾਲੇ ਤਾਂ ਬਹੁਤ ਵੱਡਾ ਸੋਚੀ ਬੈਠੇ ਹੋ ਤੁਸੀਂ। ਮੈਂ ਕਹਿੰਦਾ ਕਿਹੜਾ ਸਿੰਘਾਂ ਨੂੰ ਹੱਥ ਪੈ ਜਾਂਦੇ ਹੋ, ਫਿਰ ਨਜ਼ਾਰਾ ਦੇਖਿਓ ਕਿਵੇਂ ਹੁੰਦਾ। ਤੇ ਮੈਂ ਤੈਨੂੰ ਇੰਨਾ ਦੱਸ ਰਿਹਾ, ਆਹ ਜਿਹੜੇ ਧੱਕੇ ਕਰਦੇ ਸੋ ਅਫਸਰ ਨਾਂ ਲਿਖਾ ਦਿਓ, ਤੁਸੀਂ ਦੇਖਿਓ ਉਹਨਾਂ ਨਾਲ ਕੀ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੀ5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।